ਜਦੋਂ ਇਹ ਮੈਂ ਇੱਕ ਬੈਂਤ ਬਣਾਇਆ, ਰੇ ਰੱਬ ਸਾਈਆਂ ਡਿੱਠੇ ਕੰਮ ਤੇਰੇ, ਸਾਡੀਆਂ ਰੋਜ਼ੀਆਂ ਦੂਰ ਖਿਲਾਰੀਆਂ ਨੇ, ਅਸਾਂ ਵਾਂਗ ਮੋਲਿਆ ਦੇ ਛੱਡੇ, ਪੂਜਾ ਵਾਂਗਰ ਬੱਟੀਆਂ ਡਾਰੀਆਂ ਨੇ, ਕਿਵੇਂ ਮਿਲੇ ਪਿਆਰੇ ਮਾਪਿਆਂ ਨੂੰ, ਸਫ਼ਰ ਲੰਮੇ ਮੁਸੀਬਤਾਂ ਪਾਰੀਆਂ ਨੇ, ਜਦੋਂ ਭਗਤਾਂ ਨੂੰ ਨਿਗਰੇ ਮੈਂ ਬੈਂਤ ਬਣਾਇਆ, ਨਾ ਮਾਂ ਲੱਭਦੀ ਤੇ ਨਾ ਪਿਓ ਲੱਭਦਾ, ਨਾ ਭਰਾ ਕੋਈ ਕਿੱਧਰੇ, ਕੋਈ ਕਿੱਧਰੇ ਖੱਜਲ ਹੁੰਦੀ ਫਿਰਦੀ। ਜਿਹੜਾ ਆਲਮ ਲੁਹਾਰ ਆ ਨਾ, ਉਹ ਸਾਡੇ ਪਿੰਡ ਇਸ ਤਰ੍ਹਾਂ ਜਿਸ ਤਰ੍ਹਾਂ ਕੋਟਲੀ ਹੈ, ਅਤੇ ਸਾਡੇ ਵੱਡੇ ਭਰਾ ਦਾ ਵਿਆਹ ਆਖਦਾ, ਚਾਚਾ ਜਿੱਦਣ ਵਿਆਹ ਆਇਆ ਨਾ, ਮੈਂ ਇੱਥੇ ਦਸ ਦਿਨ ਖੜਾ ਰਹਿਣਾ। ਅਸੀਂ ਜਦੋਂ ਪਾਕਿਸਤਾਨ ਨੂੰ ਆਏ ਨਾ, ਪਹਿਲੇ ਦਿਨ ਰਾਤ ਨੂੰ ਲੱਗੇ ਨਿਕਲਣ, ਤੇ ਮੈਨੂੰ ਮੈਂ ਸਾਰੀ ਹੋਸ਼, ਮੈਂ 10-12 ਸਾਲਾਂ ਦਾ। ਪਹਿਲੇ ਦਿਨ ਨਿਕਲਣ ਲੱਗੇ ਤੇ ਇੱਕ ਖੋਤੀਆਂ ਹੁੰਦੀਆਂ ਪੱਠੇ ਲੱਦਣ ਵਾਲੀਆਂ, ਉਹ ਲਾਪੇ ਲਾਣ, ਉੱਦਣ ਅਸੀਂ ਨਹੀਂ ਗਏ। ਦੂਜੇ ਦਿਨ ਅਸੀਂ ਨਿਕਲੇ ਰਾਤ ਨੂੰ, ਖੋਤੀ ਨੇ ਫਸਾ ਦੇਣਾ ਸੀ, ਨਹੀਂ ਤਾਂ ਖੋਤੀ ਫਿਰ ਲਾਣ ਲਾਪੇ ਆਖਿਆ ਨਹੀਂ ਜਾਣਾ, ਮਰਵਾ ਦੇਣੇ ਸੀ। ਉਹ ਫਿਰ ਦੂਜੇ ਦਿਨ ਅਸੀਂ ਜਦ ਨਿਕਲੇ ਨਾ, ਇੱਕ ਡੇਕ ਵਗਦੀ ਸਾਡੇ ਨਾਲ। ਉੱਥੇ ਆਪਣਾ ਪਿੰਡ ਕਿਹੜਾ ਸੀ ਵੈਸੇ? ਪਿੰਡ ਸਾਡਾ ਸਰਸਾਲਾ। ਕਿਹੜਾ ਜੀ? ਸਰਸਾਲਾ। ਸਰਸਾਲਾ ਤੇ ਤੁਹਾਡਾ ਸ਼ੁਭ ਨਾਮ ਕੀ ਜੀ? ਹੰਸਰਾਜ। ਹੰਸਰਾਜ, ਹਾਂਜੀ। ਇੱਧਰੋਂ ਕਿਹੜੇ ਪਿੰਡੋਂ ਗਏ ਸੀ ਜਾਂ ਜੱਦੀ ਉੱਥੇ ਦੇ ਸੀਗੇ? ਜੱਦੀ ਉੱਧਰੋਂ ਆਏ ਵੈਸੇ, ਪਾਕਿਸਤਾਨ ਨੂੰ ਆਏ। ਮਤਲਬ ਤੁਸੀਂ ਸਿਆਲਕੋਟ ਹੀ ਉੱਥੇ ਦੇ ਪਹਿਲਾਂ ਦੇ ਆ? ਸਿਆਲਕੋਟ ਵੀ ਰਿਸ਼ਤੇਦਾਰੀ ਸਾਡੀ ਸਾਰੀ ਸਿਆਲਕੋਟ ਵਿੱਚ ਹੀ। ਤੁਹਾਡਾ ਜ਼ਿਲ੍ਹਾ ਕਿਹੜਾ ਸੀਗਾ ਜੀ? ਜ਼ਿਲ੍ਹਾ ਗੁਜਰਾਤ। ਆ ਵਾਹ ਜੀ ਵਾਹ, ਗੁਜਰਾਤ ਦੇ ਬੰਦੇ ਲੱਭੇ ਆ। ਟਾਂਡੇ ਦੇ ਕੋਲ ਸੀ? ਹਾਂਜੀ, ਟਾਂਡੇ ਟਾਂਡਾ ਕਿਲ੍ਹਾ ਸਾਡੇ ਕੋਲ ਹੀ ਆ। ਲੈ ਹੁਣ ਤੁਸੀਂ ਪਹਿਲਾਂ ਤਾਂ ਆਪਣੇ ਆਸੇ ਪਾਸੇ ਦੇ ਪਿੰਡਾਂ ਦੇ ਨਾਂ ਦੱਸੋ। ਆਸੇ ਪਾਸੇ ਦੇ ਖੈਰੀਆਂ, ਮੁਰਾੜੀਆਂ, ਫਿਰ ਪੰਡ ਗਰਾਂ, ਝਾਟੋਕੇ, ਨਾ ਦੂਜਾ ਸ਼ੇਖਪੁਰ, ਤੇ ਕੋਟਲਾ ਕਗਰਾਲੀ ਸਾਡਾ ਸ਼ਹਿਰ ਆ। ਤੇ ਟਾਂਡੇ ਕਦੀ ਗਏ ਸੀ? ਟਾਂਡੇ ਕਦੇ ਜਾਂਦੇ ਰਹੇ ਜੀ, ਸਾਡੀ ਰਿਸ਼ਤੇਦਾਰੀ ਉੱਥੇ ਸੁਰਖਪੁਰ। ਅੱਛਾ, ਆਪਣੀ ਖੈਰੀਆਂ? ਹਾਂਜੀ। ਅੱਛਾ ਅੱਛਾ, ਉੱਥੇ ਧਨੀ ਦੇ ਢੱਗੇ ਹੁੰਦੇ ਜੀ, ਅਸੀਂ ਜਾਣਾ ਸੋ ਖੁਆੜੇ ਦੇਖਣ, ਖਰਾਸ ਜੋੜਨੇ, ਉਹਨਾਂ ਨੇ ਢੋਲ ਵੱਜਣੇ, ਤੋਪਾਂ ਚੱਲਣੀਆਂ, ਗੋਲੇ ਗਾਲੇ ਬੜੇ ਹੁੰਦੇ ਤੇ ਬੜੇ ਚੱਲਦੇ ਰਹੇ ਨੇ ਉੱਥੇ। ਅੱਛਾ, ਤੇ ਤੁਹਾਡਾ ਜਿਹੜਾ ਆਪਣਾ ਪਿੰਡ ਸੀਗਾ ਜੀ ਸਰਸਾਲਾ, ਹਾਂਜੀ, ਉਹਦੇ ਬਾਰੇ ਦੱਸੋ। ਇੱਕ ਤਾਂ ਤੁਸੀਂ ਰਾਜਪੂਤ ਹੋ ਗਏ, ਚਿੱਬ ਹਿੰਦੂ, ਹਾਂਜੀ, ਥੋੜੇ ਜਿਹੇ ਚਿੱਬ ਹੋਣੇ ਮੁਸਲਮਾਨ। ਮੁਸਲਮਾਨ ਜ਼ਿਆਦਾ ਹੈ ਜੀ, ਸਾਡੇ ਘੱਟ, ਮੁਸਲਮਾਨ ਜ਼ਿਆਦਾ। ਹੋਰ ਕਿਹੜੀਆਂ ਬਰਾਦਰੀਆਂ ਸੀ? ਹੋਰ ਸਾਰੇ ਚਿੱਬੀ ਹੈ, ਜਾਂ ਉਹ ਫਿਰ ਕੰਮੀ ਕੁੰਮੀ ਹੈ ਜਿਹੜੇ ਫਕੀਰ। ਅੱਛਾ ਜੀ, ਜ਼ਮੀਨ ਜ਼ਮੂਨ ਤੁਹਾਡੀ ਚੰਗੀ ਸੀ? ਹਾਂ, ਜ਼ਮੀਨ ਸਾਡੀ 62 ਕਿੱਲੇ ਹੀ, ਬਾਕੀ ਜਿਹੜਾ ਮਾਮਲਾ ਤਾਰ ਦੇ ਉਹ ਆਈ ਹੈ, ਬਾਕੀ ਆਈ 50 ਕਿੱਲੇ ਆਈ ਹੈ। ਅੱਛਾ ਅੱਛਾ, ਅਤੇ ਬਾਕੀ ਜਿਹੜੀ ਉਹ 12 ਕਿੱਲੇ ਦਹੀਂ ਦਿੱਤੀ ਮੁਸਲਮਾਨਾਂ ਨੇ ਬਾਹਰ ਨੂੰ, ਮਾਮਲੇ ਕਟਾਏ ਹੁੰਦੇ ਆ, ਤੂੰ ਉਹ ਮਾਮਲੇ ਕਟਾਏ, ਉਹ ਆਈ ਨਹੀਂ 12 ਕਿੱਲੇ ਆਈ ਨਹੀਂ। ਅੱਛਾ, ਇੱਕ ਗੱਲ ਦੱਸਿਓ ਬਾਬਾ ਜੀ, ਹਾਂਜੀ, ਗੁਜਰਾਤ ਕਦੀ ਦੇਖਿਆ ਸੀ? ਨਹੀਂ, ਅਸੀਂ ਤਾਂ ਛੋਟੇ, ਮੈਂ ਨਹੀਂ ਦੇਖਿਆ। ਤੁਹਾਡੇ ਦੋਸਤ ਮੁਸਲਮਾਨ ਵੀ ਸੀ? ਇਕੱਠੇ ਖੇਡਦੇ? ਮੁਸਲਮਾਨ ਇਕੱਠੇ ਪੜ੍ਹਦੇ ਰਹੇ ਆ। ਚਲੋ, ਚਾਰ ਪੜ੍ਹ ਕੇ ਪੰਜਵੀਂ ਲੱਗੇ ਤਾਂ ਰੌਲਾ ਪੈ ਗਿਆ। ਸਕੂਲ ਕਿੱਥੇ ਸੀਗਾ? ਸਕੂਲ ਪਿੰਡ ਹੀ ਆ, ਜਿਹੜਾ ਚਾਰ ਜਮਾਤਾਂ ਪਿੰਡ ਹੀ ਆ, ਫਿਰ ਅਸੀਂ ਜਾਂਦੇ ਰਹੇ ਕਢਾਲਾ। ਕਢਾਲਾ ਰਿਆਸਤੀ 'ਚ ਜਾਂਦੇ ਰਹੇ ਪੜ੍ਹਨ। ਜੰਮੂ ਰਿਆਸਤੀ? ਨਹੀਂ, ਉੱਪਰ ਸਾਡੇ ਨਾਲ ਹੀ ਰਿਆਸਤ ਲੱਗਦੀ। ਅੱਛਾ, ਹੋਰ ਸੀਗੀ। ਅੱਛਾ, ਚਲੋ ਇਹ ਦੱਸੋ ਜੀ, ਤੁਹਾਡੇ ਜਿਹੜੇ ਹਾਣੀ ਸੀਗੇ, ਹਾਂਜੀ, ਉਹਨਾਂ ਦੇ ਨਾਂ ਕਿੰਨੇ ਕੁ ਯਾਦ ਆ ਮੁਸਲਮਾਨਾਂ ਦੇ? ਉਹਨਾਂ ਦੇ ਨਾਂ ਤਾਂ ਚੇਤਾ ਨਹੀਂ ਰਹੇ। ਇੱਕ ਦੋ? ਇੱਕ ਤਾਂ ਅਬਦੁਲ ਕਰੀਮ ਆ। ਅੱਛਾ, ਉਹ ਜਿਹੜਾ ਸਾਡੇ ਨਾਲ, ਤੁਹਾਡੇ ਪਿੰਡ ਦਾ ਹੀ ਸੀ? ਸਾਡੇ ਪਿੰਡ ਦਾ ਹੀ ਅਬਦੁਲ ਕਰੀਮ। ਚਿੱਬ ਸੀ ਉਹ ਵੀ? ਚਿੱਬੇ, ਹਾਂਜੀ। ਹੋਰ ਜੀ, ਹੋਰ ਉਹ ਵੱਡਿਆਂ ਦਾ ਨਾਂ ਜਾਣਨਾ ਜਿਹੜੇ? ਦੱਸੋ, ਉਹ ਦੱਸ ਦਿਓ। ਕਰਮ ਸਿੰਘ ਹੁੰਦਾ ਮੁਸਲਮਾਨਾਂ ਦਾ? ਮੁਸਲਮਾਨ, ਉਹ ਢੱਗੇ ਰੱਖਦਾ ਧਨੀ ਦੇ ਚੰਗੇ, ਤੇ ਫਿਰ ਖਾੜਿਆਂ ਦੇ ਖੜਨੇ। ਅੱਛਾ, ਕੀ ਕਰਦਾ ਸੀ ਖਾੜਿਆਂ ਦੇ ਜਾ ਕੇ? ਖਾੜਿਆਂ ਦੇ ਖਰਾਸ ਜੋੜਦੇ, ਗਿੱਲੀ ਮੱਕ ਪਾ ਕੇ, ਅਤੇ ਫਿਰ ਜੋੜਨਾ, ਫਿਰ ਜੇ ਕੋਈ ਡੰਗਰ ਪੁੱਟਦੇ ਨੇ, ਜਿਹੜੇ ਪੁੱਟਦੇ ਨੇ, ਫਿਰ ਮਗਰ ਬੰਦਿਆਂ ਨੂੰ ਰਲਣੀ ਨਹੀਂ ਦਿੰਦੇ ਉਹ। ਅੱਛਾ 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 ਅੱਛਾ, ਉਹ ਮੇਲਾ ਕਿੱਥੇ ਲੱਗਦਾ ਹੁੰਦਾ ਸੀ? ਮੇਲਾ ਪਿੰਡੀ, ਰਾਵਲ ਪਿੰਡੀ, ਪਿੰਡੀ ਨਾਲ ਹੀ ਪਿੰਡ ਸੀਗਾ। ਤੇ ਬਾਬਾ ਜੀ, ਤੁਹਾਡੇ ਟੀਚਰ ਕੌਣ ਸੀਗੇ ਜਿਹੜੇ ਪੜ੍ਹਾਉਂਦੇ ਸੀ? ਟੀਚਰ ਉੱਥੋਂ ਮੁਸਲਮਾਨ ਆਉਂਦਾ ਆ, ਅੰਮੂਆਣੇ ਦਾ। ਅੰਮੂਆਣੇ ਦਾ? ਹਾਂ। ਕੀ ਨਾਂ ਸੀ? ਨਾਂ ਦਾ ਚੇਤਾ ਭੁੱਲ ਗਏ। ਅੱਛਾ ਅੱਛਾ ਅੱਛਾ,
ਤੇ ਤੁਹਾਡੀਆਂ ਜ਼ਮੀਨਾਂ 'ਚ ਖੂਹ ਵਗੈਰਾ ਲੱਗੇ ਹੋ ਸੀ? ਖੂਹ ਲੱਗੇ, ਨਹਿਰ ਤਾਂ ਨਹੀਂ ਹੋਣੀ ਉੱਧਰ ਕੋਈ? ਨਹਿਰ ਨਹੀਂ। ਅੱਛਾ, ਤੁਸੀਂ ਟਾਂਡੇ ਮਤਲਬ ਜਦੋਂ ਕੋਈ ਸੌਦਾ ਪੱਤਾ ਲੈਣ ਜਾਣਾ ਟਾਂਡੇ ਜਾਣਾ? ਇਹ ਸੌਦਾ ਪੱਤਾ ਕੋਟਲਾ ਕਕਰਾਲੀ ਸ਼ਹਿਰ ਆ ਸਾਡੇ, ਕੋਟਲਾ ਕਕਰਾਲੀ 2 ਕੁ ਮੀਲ ਆ ਉੱਥੋਂ। ਅੱਛਾ, ਤੁਸੀਂ ਮੁਸਲਮਾਨਾਂ ਦੇ ਘਰਾਂ 'ਚ ਚਲ ਜਾਂਦੇ ਜੀ ਖੇਡਣ ਮੱਲਣ? ਮੁਸਲਮਾਨਾਂ ਦੇ ਘਰ ਖੇਡਦੇ ਰਹੇ ਆ, ਸਾਰੇ ਕੰਮ ਕਰਦੇ ਆ। ਜਦ ਵਿਆਹ ਹੁੰਦਾ ਫਿਰ ਉੱਥੇ ਅਸੀਂ ਮੁਸਲਮਾਨ ਸਾਡੀ ਉਹ ਖਾ ਲੈਂਦੇ ਆ ਰੋਟੀ, ਅਸੀਂ ਨਹੀਂ ਇਹਨੇ ਖਾਂਦੇ। ਉਹ ਫਿਰ ਹਿੰਦੂ ਹਲਵਾਈ ਬਾਲਣਾ ਉਹਨਾਂ। ਅੱਛਾ, ਹਿੰਦੂ ਹਲਵਾਈ ਬਾਲਣਾ ਤੇ ਫਿਰ ਤੁਹਾਡੀ ਬਰਾਦਰੀ ਬਰਤਨ ਦੇਣ ਵੀ ਜਾਣੇ, ਸੱਟਾਂ ਲੱਦ ਕੇ ਦਾਣਿਆਂ ਦੀਆਂ ਪੈਸੇ 1000 ਅਦੋਂ ਤਾਂ 2 ਰੁਪਈਏ ਨੇਂਦਰਾ ਦਿੰਦੇ ਸਾਡੇ ਹਿੰਦੂ, ਤਾਂ ਅਸੀਂ 10-10 ਹਜ਼ਾਰ ਧਰਨਾ ਵਿੱਚ ਚੁੱਕ ਲਓ ਜਿਹਨਾਂ ਚੁੱਕਣਾ ਜੀ। ਅੱਛਾ ਜੀ, ਤੇ ਬਈਆਂ ਹੁੰਦੀਆਂ ਉਹਦੇ ਲਿਖੀ ਜਾਂਦੇ ਹੁੰਦੇ ਵੀ ਇੰਨਾ ਫਲਾਣੇ ਨੂੰ ਦਿੱਤਾ, ਇੰਨਾ ਫਲਾਣੇ ਨੂੰ ਦਿੱਤਾ। ਨਹੀਂ ਉਹ ਦਿੰਦੇ ਸੀ, ਵਿਆਹ 'ਚ ਇਕੱਠੇ ਜੰਨਿਆਂ ਵੀ ਜਾਂਦੇ ਰਹੇ ਅਸੀਂ, ਸਾਡੀ ਰੋਟੀ ਹਿੰਦੂਆਂ ਦੇ ਘਰ ਪਕਾਉਂਦੇ ਰਹੇ। ਤੇ ਤੁਸੀਂ ਦੱਸੋ ਕਿਸੇ ਦੀ ਜਾਂਜੇ ਗਏ ਸੀ? ਗਏ ਕਿਹਦੇ ਕਿਹਦੇ ਗਏ ਸੀ ਨਾ ਚੇਤੇ ਉਹਦਾ? ਮੰਨਾ, ਮੰਨੇ ਦੀ ਜਾਂਜੇ ਵਿਆਹ ਗਏ ਸੀ ਜੀ, ਬਾਪੂ ਜੀ। ਉਹ ਵੀ ਚਿਪ ਸੀਗਾ? ਚਿਪੇ। ਅੱਛਾ, ਕਿਹੜੇ ਪਿੰਡ ਗਏ ਸੀ ਵਿਆਹਣ? ਕੋਈ ਨਾਲ ਹੀ ਸਿੰਗਲਾ। ਸਿੰਗਲਾ? ਹਾਂ, ਸਿੰਗਲਾ ਸਿੰਗਲਾ। ਅੱਛਾ, ਤੁਸੀਂ ਉੱਥੇ ਗਏ? ਗਏ, ਸਾਰਾ ਵਿਆਹ ਦੇਖਿਆ? ਸਾਰਾ ਵਿਆਹ ਦੇਖਿਆ। ਤੁਹਾਡੀ ਜਿਹੜੀ ਰੋਟੀ ਸੀਗੀ? ਰੋਟੀ ਸਾਡੀ ਚੀਰਾਂ ਦੇ ਘਰ ਪਕਵਾਈ ਨਾ, ਸਾਹੀ ਦੀਆਂ ਨੇ ਮੁਸਲਮਾਨਾਂ ਨੇ ਉਹ ਖਾਂਦੇ। ਅੱਛਾ, ਉਹ ਖਾ ਲੈਂਦੇ, ਅਸੀਂ ਨਹੀਂ ਖਾਂਦੇ। ਉਹ ਫਿਰ ਸਾਡੇ ਹਿੰਦੂਆਂ ਦੇ ਘਰ ਬਣਾਉਂਦੇ, ਸਾਡੀ ਸੋ ਰੋਟੀ ਵਧੀਆ ਬਣਾਉਂਦੇ ਉਹ। ਅੱਛਾ, ਰੋਟੀ ਵਧੀਆ ਬਣਾਉਂਦੇ ਸੀ ਆਪਣੇ ਨਾਲੋਂ? ਆਪਣੇ ਆਪਣੇ ਥੋੜੀ ਬਣਦੀ ਸੀ ਨਾ ਉਹ। ਹਾਂ, ਅੱਛਾ, ਫਿਰ ਉਦੋਂ ਭੰਗੜੇ ਭੁੰਗੜੇ ਪਾਉਂਦੇ ਸੀ? ਭੰਗੜੇ ਬੜੇ ਪਾਉਂਦੇ ਜਾਂਦੇ, ਭੰਗੜੇ ਤਾਂ ਸਾਡੇ ਪਾਕਿਸਤਾਨ 'ਚ ਮਹੀਨਾ ਮਹੀਨਾ ਪਹਿਲਾਂ ਵਿਸਾਖੀ 'ਚ ਭੰਗੜਾ ਪਾਉਂਦੇ। ਰੋਟੀ ਰਾਟੀ ਖਾ ਕੇ 2-3 ਘੰਟੇ ਇੱਕ ਮਹੀਨਾ ਪਹਿਲਾਂ ਭੰਗੜਾ ਪਾਉਣਾ ਵਿਸਾਖੀ ਤੱਕ। ਵਾਹ ਜੀ ਵਾਹ, ਵਾਹ ਜੀ ਵਾਹ। ਅੱਛਾ ਅੱਛਾ ਅੱਛਾ, ਤੁਸੀਂ ਵੀ ਉਦਣ ਫਿਰ ਉਸ ਬਰਾਤ 'ਚ ਨੱਚੇ ਸੀ, ਮੰਨੇ ਦੀ ਬਰਾਤ 'ਚ? ਹਾਂਜੀ, ਨੱਚੇ ਸਾਰੇ ਨੱਚਦੇ। ਉਦੋਂ ਮਹੀਨਾ ਮਹੀਨਾ ਪਹਿਲਾਂ ਮੁੰਡੇ ਰੋਟੀ ਰਾਟੀ ਖਾ ਕੇ ਇੱਕੋ ਇੱਕੋ ਜੰਗੀਏ ਇੱਕੋ ਬਣਾਉਣਾ ਅਤੇ ਫਿਰ ਭੰਗੜੇ ਜਾਣੇ ਮੇਲਿਆਂ 'ਤੇ। ਅੱਛਾ, ਸ਼ਹਿਰਾਂ 'ਚ ਜਾਣਾ, ਇੱਥੇ ਵੀ ਜਾਂਦੇ ਨੇ, ਇੱਥੇ 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 ਵੀ ਆ ਕੇ ਨੱਚਦੇ ਨੇ, ਵੀ ਜਾਂਦੇ ਨੇ ਉਹ ਵਿਸਾਖੀ ਨੂੰ। ਆਹੋ, ਇੱਥੋਂ ਜਾਂਦੇ ਨੇ ਦੌਲ ਵੱਲੋਂ, ਆ ਗੱਲ ਵੱਲੋਂ ਢੋਲ ਵੱਜਣੇ ਨਾਲ ਬੈਂਸਲੀਆਂ ਵੱਜਣੀਆਂ, ਜੋੜੀਆਂ ਵੱਜਣੀਆਂ, ਗਾਣੇ ਗਾਉਂਦੇ ਜਾਂਦੇ। ਵਾਹ ਜੀ, ਬੜੇ ਭੰਗੜੇ ਸਾਡੇ ਵੱਲ ਤਾਂ ਬਹੁਤ ਭੰਗੜੇ ਪੈਂਦੇ ਜੀ, ਇੱਕ ਮਹੀਨਾ ਪਹਿਲਾਂ ਵਿਸਾਖੀ ਤੋਂ ਪਾਣੇ। ਜਦੋਂ ਤੁਸੀਂ ਉਸ ਬਰਾਤੇ ਗਏ, ਹਾਂਜੀ, ਬਰਾਤ ਕਿੰਨੇ ਦਿਨ ਰਹੀ ਸੀ? ਵਿਆਹ ਕਿੰਨੇ? ਬਰਾਤ ਤਾਂ ਇੱਕੋ 2 ਦਿਨ ਰਹਿੰਦੀ, ਇੱਕ ਦਿਨ ਰਾਤ ਨੂੰ ਰਹਿਣਾ ਅਤੇ ਸਵੇਰੇ ਜਾ ਕੇ ਦੂਜੇ ਦਿਨ ਆਉਂਦੀ। ਅਦੋਂ 2 ਦਿਨ ਬਰਾਤਾਂ ਰਹਿੰਦੀਆਂ, ਹੁਣ ਤਾਂ ਚਲੋ ਇੱਕੋ ਦਿਨ ਮਸਾਂ ਦਿਹਾੜੀ ਕੱਢਦੇ। ਜੇ ਮੰਨੇ ਹੋਣੀ ਤੁਹਾਡੀ ਗੱਲ ਸੁਣਦੇ ਹੋਣ, ਹਾਂਜੀ, ਉਹ ਪਤਾ ਨਹੀਂ ਹੁਣ ਹੈ ਜਾਂ ਚਲੋ ਮੰਨ ਲਓ ਹੈਗੇ ਆ, ਜਾਂ ਕਹਿ ਲਓ ਵੀ ਜਿਸ ਜਿਹਦੀ ਬਰਾਤੇ ਤੁਸੀਂ ਗਏ ਸੀ ਉਹਦਾ ਮੁੰਡਾ ਜਾਂ ਧੀ ਸੁਣਦੇ ਆ। ਆਹੋ, ਕਰਮਾ ਨਾਂ ਆ ਉਹਦੇ, ਜੋਗਾ ਚੰਗੀਆਂ ਰੱਖਦੇ, ਧੰਨੀ ਦੇ ਢੱਗੇ ਹੁੰਦੇ। ਮੰਨਾ ਕਿਹਦਾ ਮੁੰਡਾ ਸੀ? ਕਰਮੇ ਦਾ, ਕਰਮਦੀਨ ਦਾ। ਹਾਂ, ਅੱਛਾ ਅੱਛਾ ਅੱਛਾ, ਤੇ ਕੀ ਕਹਿਣਾ ਚਾਹੋਗੇ ਤੁਸੀਂ ਉਹਨਾਂ ਨੂੰ? ਉਹ ਅਸੀਂ ਤਾਂ ਮੇਰੀ ਤਾਂ ਸਾਡੀ ਮਰਜ਼ੀ ਵੀ ਸਲਾਹ ਬਣੀ ਵੀ ਮੈਂ ਇੱਕ ਸਾਡਾ ਜਲੰਧਰ ਰਹਿੰਦਾ ਬੰਦਾ ਭਰਾ ਸਾਡਾ, ਵੀ ਪਾਕਿਸਤਾਨ ਚੱਲੀਏ ਇੱਕ ਵਾਰੀ ਦੇਖ ਕੇ ਆਈਏ। ਅਤੇ ਮੈਂ ਕਿਹਾ ਚਲੋ, ਇਹ 3 ਬੰਦੇ ਅਸੀਂ ਤਿਆਰ ਹੋਏ, ਅਤੇ ਉਹ ਫਿਰ ਇੱਕ ਤਾਂ ਮਰ ਗਿਆ ਵਿਚਾਰਾ, ਇੱਕ ਉਹ ਦੂਜਾ ਬੁੱਢਾ ਹੋਇਆ, ਅਤੇ ਮੈਂ ਅਜੇ ਵੀ ਕਈਆਂ ਨੂੰ ਆਹਨਾ, ਮੈਂ ਚਲੋ ਚੱਲੀਏ ਆਪਣਾ ਪਿੰਡ ਦੇਖ ਕੇ ਆਈਏ। ਨਹੀਂ ਗੱਲ ਸੁਣੋ, ਤੁਹਾਡੇ ਪਿੰਡ ਦੇ ਕਿੱਥੇ ਕਿੱਥੇ ਆ ਕੇ ਬੈਠੇ ਆ ਇੱਧਰ? ਸਾਡੇ ਤਾਂ ਸੈਗੀ ਬੈਠੇ ਨੇ ਕੋਈ। ਕਿੱਥੇ ਜੀ? ਸੈਗੀ ਨਾਲ ਹੀ, ਸੈਗੀ ਉੱਚੀ ਬੱਸੀ ਦੇ ਨਾਲ ਹੀ, ਸੈਗੀ ਨਾਲ, ਸੈਗੀ। ਅੱਛਾ ਜੀ, ਹੋਰ? ਅਤੇ ਕੋਈ ਅਬਦੁੱਲਾਪੁਰ ਨਾ ਬੈਠੇ 3 ਕਿ ਘਰ ਸਾਡੇ ਭਰਾ। ਅਬਦੁੱਲਾਪੁਰ ਵੀ ਇੱਥੇ ਨੇੜੇ ਹੀ ਆ? ਆਹੋ, ਨੇੜੇ ਹੀ ਆ। ਅੱਛਾ ਅੱਛਾ ਅੱਛਾ, ਸਾਡੀ ਤਾਂ ਮੇਰੀ ਤਾਂ ਅਜੇ ਵੀ ਮਰਜ਼ੀ ਕਰਦੀ ਹੈ, ਮੈਨੂੰ ਧੋਣ ਛੱਡਣ 'ਤੇ ਮੈਂ ਇਕੱਲਾ ਹੀ ਤੁਰ ਜਾਂਦਾ, ਪਰ ਅੱਗੂ ਜਾਣ ਦੇਣ ਤਾਂ ਨਾ ਅੱਗੇ ਆ ਜਾਂਦੀਆਂ ਤਾਰਾਂ। ਬਾਰਡਰ ਆ ਜੀ ਦੇਸ਼ ਦੇ, ਆਪਣੇ ਹਰੇਕ ਦੇ ਕਾਨੂੰਨ ਆ, ਪਾਸਪੋਰਟ ਬਣਾ ਕੇ ਵੀਜ਼ਾ ਲੈ ਕੇ। ਆਹੋ, ਤੁਸੀਂ ਪਾਸਪੋਰਟ ਬਣਾ ਕੇ ਹੀ ਜਾਣਾ ਆ, ਫਿਰ ਤਿੰਨਾਂ ਸਲਾਹ ਕੀਤੀ ਵੀ ਚੱਲੀਏ ਫਿਰ ਕਿਆ ਹੋਈਏ। ਮੈਂ ਕਿਹਾ ਮੈਂ ਜਿਹਨੂੰ ਨਹੀਂ ਪਤਾ, ਮੈਂ ਨਿੱਕੇ ਨਿੱਕੇ ਜਿਹੜੇ ਸਾਡਾ ਕੈਪਟਨ ਸਾਹਿਬ ਹੈ, ਮੈਂ ਉਹਨੂੰ ਆਖਿਆ ਚੱਲ ਚੱਲੀਏ, ਤੈਨੂੰ ਮੈਂ ਤੁਹਾਡਾ ਖੂਹ ਵੀ ਦੱਸ ਲਿਆਵਾਂਗਾ, ਤੁਹਾਡੇ ਘਰ ਵੀ ਦੱਸਾਂਗਾ। ਤੁਹਾਨੂੰ ਪੂਰਾ ਚੇਤਾ ਜੀ? ਮੈਨੂੰ ਚੇਤਾ, ਮੈਂ ਦੱਸਾਂ 12 ਸਾਲਾਂ ਦਾ, ਮੈਨੂੰ ਤਾਂ ਪਤਾ ਸਾਰਾ। ਪਿੰਡ ਕਿੱਡਾ ਕੁ ਵੱਡਾ ਸੀ ਉਹ? ਪਿੰਡ ਚੰਗੇ ਤਗੜੇ ਬੰਦ ਪਿੰਡ ਆ ਜੀ, ਉਹ ਮੁਸਲਮਾਨ ਜ਼ਿਆਦਾ, ਹਿੰਦੂ ਸਾਡੇ ਜ਼ਿਆਦਾ, ਪਰ ਸਾਡੇ ਕੋਲ ਚੱਲਦੇ, ਸਾਡੀ ਜ਼ਮੀਨ ਜਿਹੜੀ ਪਿੰਡ ਦੇ 4 ਚੁਫੇਰੇ, ਸਾਡੇ ਤਰਲੇ ਕਰਦੇ, ਬਾਈ ਦਿਓ ਕੋਈ 2 ਮਰਲੇ ਦਿਓ ਕੋਈ ਕੋਠੇ ਪਾਣੇ ਵਾਸਤੇ। ਤੁਸੀਂ ਦੇ ਦਿੰਦੇ ਸੀ ਉਹ? ਫਿਰ ਦੇ ਜਿਹੜੇ ਕੋਈ ਸੱਜਣ ਮਿੱਤਰ ਉਹਨੂੰ ਦੇ ਹੀ ਦਿੰਦੇ। ਕਦੀ ਲੜਾਈ ਨਹੀਂ ਸੀ ਹੋਈ? ਲੜਾਈ ਮੁਸਲਮਾਨਾਂ ਦੀ ਹੁੰਦੀ ਨਹੀਂ, ਸਾਡੀ ਨਹੀਂ, ਸਾਡੀ ਇੱਕ ਵਾਰੀ ਹੋਈ ਚਾਚੇ ਸਾਡੇ ਨਾਲ, ਆਪਸ 'ਚ ਲੜੇ ਆ? ਨਹੀਂ, ਉਹ 'ਚ ਉਹ ਮੁਸਲਮਾਨ ਆ ਚਾਚਾ,
ਸਾਡਾ ਚਾਚਾ ਜਿਹੜਾ ਉਹ ਹਿੰਦੂ ਹੈ, ਮੁਸਲਮਾਨ ਨਾਲ ਲੜਿਆ ਆ। ਅੱਛਾ, ਕਿਹੜੇ ਮੁਸਲਮਾਨ ਨਾਲ? ਉਹ ਕਰਮਦੀਨ ਆ ਉਹਦੇ ਨਾਂ। ਅੱਛਾ, ਉਹ ਪੱਥਰ ਚੁੱਕਾ ਨੂੰ ਮਾਰਿਆ, ਦੰਦਾਂ ਨੂੰ ਲੱਗਾ ਦੰਦ ਅੰਦਰ। ਉਦੋਂ ਰਿਸ਼ਤੇਦਾਰਾਂ ਨਹੀਂ ਮੰਨ ਲੈਂਦੇ, ਵੀ ਰਿਸ਼ਤੇਦਾਰ ਸਾਡਾ ਮਾਸੜਿਆ ਸਾਡਾ ਆਇਆ, ਸਾਡੇ ਭਰਾ ਦਾ ਸਹੁਰਾ, ਉਹਨੂੰ ਆਖਿਆ ਵੇਖਿਆ ਸੋਲਾ ਕਰਾ ਗਿਆ। ਉਦੋਂ ਲੜਦੇ ਲੜਦੇ ਲੋਕ ਘੱਟ ਹੀ ਹੈ, ਕਦੇ ਕਦੇ ਜਦ ਜਿੱਦਬਾਜ਼ੀ ਹੁੰਦੀ ਫਿਰ ਹੁੰਦੀ ਲੜਾਈ। ਅੱਛਾ ਬਾਬਾ ਜੀ, ਹੋਰ ਕੋਈ ਗੱਲ ਸੁਣਾਓ। ਹੋਰ ਪਹਿਲਾਂ ਹੀ ਸੁਣਿਆ ਸਾਡੇ ਪਿੰਡ ਖੱਤਰੀ ਹੁੰਦੇ। ਅੱਛਾ ਜੀ। ਉਹ ਆਖਣ ਲੱਗੇ ਵੀ ਹਿੰਦੂਆਂ ਇੱਥੋਂ ਤੁਰ ਜਾਣਾ। ਉਹ ਬੁੱਢੇ ਸਾਡੇ ਗਾਲਾਂ ਕੱਢਣ, ਆਖਣ ਬਈ ਇਹਨਾਂ ਦੀ ਜ਼ਮੀਨ ਨਹੀਂ, ਢੇਰੀ ਨਹੀਂ ਲਗਾਈ, ਅਸੀਂ ਜ਼ਮੀਨਾਂ ਛੱਡ ਕੇ ਕਿੱਥੇ ਜਾਣਾ। ਉਹ 3 ਸਾਲ ਪਹਿਲਾਂ ਹੀ ਨਿਕਲ ਗਏ ਸਾਡੇ ਕੋਲ, ਕੋਠੇ ਵੀ ਵੇਚ ਗਏ ਆਪਣੇ। ਅੱਛਾ, ਉਹ ਇੰਨੇ ਸਿਆਣੇ ਨਿਕਲੇ? ਉਹ ਪੜ੍ਹੇ ਲਿਖੇ ਬੰਦੇ ਸਾਡੇ, ਅਨਪੜ੍ਹ। ਉਹ ਪੜ੍ਹੇ ਲਿਖੇ ਉਹ ਪੜ੍ਹਦੇ ਰਹਿੰਦੇ ਹੋਣੇ। ਉਹਨਾਂ ਸਾਨੂੰ ਆਖਿਆ ਵੀ ਹਿੰਦੂ ਇੱਥੇ ਕੋਈ ਨਹੀਂ ਰਹਿਣਾ ਸਾਡੇ। 3 ਸਾਲ ਪਹਿਲਾਂ ਉਹਨਾਂ ਨੇ ਕਹਿਤਾ? 3 ਸਾਲ ਪਹਿਲਾਂ ਹੀ ਨਿਕਲ ਗਏ ਉਹ ਸਾਡੇ। ਕੀ ਨਾਂ ਕੀ ਸੀ ਉਹਨਾਂ ਖੱਤਰੀਆਂ ਦੇ? ਜਗਾਦਰੀ, ਇੱਕ ਤਾਂ ਲੱਭਾ ਆ ਤੇ ਇੱਕ ਕਟਾਰਾ। ਬਾਕੀ ਜੀ, ਖੱਤਰੀ ਬਹੁਤ ਸਿਆਣੀ ਕੌਮ ਆ, ਉਹ ਰਾਜਪੂਤਾਂ ਨੇ ਆਪਣੀ ਅੜੀ ਰੱਖੀ। ਉਹ ਜਦੋਂ ਅਸੀਂ ਕਿ ਨਿਕਲੇ ਨਾ, ਅਸੀਂ ਰਿਆਸਤੀ ਜਾ ਗਏ, ਤੇ ਫਿਰ ਮੈਂ ਜਾ ਕੇ ਆਖਿਆ, ਮੈਂ ਕੁੱਲ ਦੁਨੀਆ ਨਿਕਲ ਗਈ, ਤੁਹਾਡੀ ਕਣਕ ਕੁਣਕ ਨਹੀਂ ਰਹਿਣੀ, ਤੇ ਤਿਆਰ ਹੋਵੋ। ਸਾਡਾ ਸਮਾਨ ਸਮੂਨ ਬਣਾ ਕੇ, ਜਿਹੜੇ ਸਾਡੇ ਯਾਰ ਦੋਸਤ ਹੈ ਮੁਸਲਮਾਨ, ਇੱਕ ਸਜਦਾ ਆਖਲਾ ਵਾ, ਤੁਸੀਂ ਸੂਰ ਨਾ ਖਾਓ, ਕਾਫਰਾਂ ਨੂੰ ਵੱਢੋ। ਉਹ ਸਾਡਾ ਮੂਆਣੇ ਦਾ ਜੈਲਦਾਰ ਤਾਂ ਸਵੈਦਪੁਰ ਬਾਦੂ ਬਣਦੇ ਪਾਕਿਸਤਾਨ 'ਚ, ਜੈਲਦਾਰ ਨੂੰ ਪਤਾ ਲੱਗਾ ਵੀ ਹਿੰਦੂ ਕਾਬੂ ਆ ਗਏ ਨੇ, ਉਹਨੇ ਫਿਰ ਸਾਨੂੰ ਆਣ ਕੇ ਕੱਢਿਆ। ਜੈਲਦਾਰ ਮੁਸਲਮਾਨ ਸੀ? ਮੁਸਲਮਾਨ। ਵਾਹ ਜੀ ਵਾਹ, ਸ਼ਾਬਾਸ਼ ਜੀ। ਕੀ ਨਾਂ ਸੀ ਉਹਨਾਂ ਦਾ? ਉਹ ਜੈਲਦਾਰ ਦਾ ਨਾਂ ਦਾ ਨਹੀਂ ਮੰਨਦੇ। ਪਿੰਡ ਕਿਹੜਾ ਸੀ ਉਹਦਾ? ਕਢਾਲਾ। ਕਢਾਲੇ ਦਾ ਜੈਲਦਾਰ? ਹਾਂ, ਅਮੂਆਣਾ। ਅਮੂਆਣੇ ਦਾ? ਅਮੂਆਣੇ ਦਾ। ਸਾਡੀ ਜ਼ਮੀਨ ਵੀ ਨਾਲ ਹੀ ਨਾ ਉਹਨਾਂ ਦੇ, ਉਹਨੂੰ ਪਤਾ ਲੱਗਾ ਬਈ ਹਿੰਦੂ ਕਾਬੂ ਆ ਗਏ ਨੇ। ਫਿਰ ਘੋੜੀ 'ਤੇ ਆਇਆ ਉਹ, ਸਾਨੂੰ ਘੋੜੀ 'ਤੇ ਚਾੜ ਕੇ, ਸਾਡੀਆਂ 2 ਦਾਦੀਆਂ ਆ ਸਾਡੀਆਂ ਬੁੱਢੀਆਂ, ਅਲਾ ਕੇ ਪਹਿਲਾਂ ਉਹਨਾਂ ਨੂੰ ਲਿਆਓ ਅਤੇ ਫਿਰ ਜਾਣਾ ਹੈ। ਫਿਰ ਪਿੰਡ ਸਾਨੂੰ ਲੈ ਗਿਆ ਆਪਣੇ, ਆਹੋ, ਰੱਖ ਲਾ ਧੀਰਾਂ ਨੂੰ ਰੋਟੀ ਪਕਾਓ। ਰੋਟੀ ਉਹਨੂੰ ਕੁਝ ਕਦੋਂ ਲੱਗਦੀ, ਅਸੀਂ ਆਖਿਆ ਵੀ ਚਲ ਹੁਣ ਮਾਰ ਦਿੱਤੇ, ਅਤੇ ਚਾਚੇ ਸਾਡੇ ਨੂੰ ਅੰਦਰ ਡੱਕ ਦੇ, ਤਾਂ ਉਹਨੂੰ ਮਾਰ ਹੀ ਦੇਣ ਲੱਗੇ। ਉਹ ਚੱਲਦਾ ਫਿਰਦਾ ਜਿਹੜਾ, ਉਹ ਫਿਰ ਇੱਕ ਮੁਸਲਮਾਨ ਨਾਲ ਲੜਾਈ ਕੀਤੀ, ਅਤੇ ਉਹ ਦੂਜੇ ਪਿੰਡ ਜਾ ਗਿਆ, ਤਾਂ ਉਹ ਆਖਿਆ ਚਾਚਾ ਤੂੰ ਅੰਦਰ ਕੀ ਕਰਨਾ ਪਿਆ? ਉਹ ਐਵੇਂ ਹੀ ਉਹਨਾਂ ਬੂਹਾ ਮਾਰਿਆ, ਬੂਹਾ ਖੋਲ੍ਹ। ਉਹ ਜੈਲਦਾਰ ਨਾਮ ਦਾ, ਫਿਰ ਇੱਕ ਸਾਈਦਾਰ ਦਾ, ਇਹਨਾਂ ਨੂੰ ਵੱਢੋ, ਤੇ ਫਿਰ ਤਾਂ ਸਾਡੀ ਖਤਮ ਹੋ ਜਾਣਾ ਉੱਥੇ ਹੀ। ਪਰ ਜਿਹੜੀ ਵਧੀ ਹੋਵੇ। ਨਹੀਂ 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 ਜੈ ਨਹੀਂ, ਤੁਸੀਂ ਚਾਚਾ ਤੁਹਾਡਾ ਕਿੱਥੇ ਡੱਕਿਆ ਸੀ? ਪਿੰਡ ਹੀ? ਪਿੰਡ ਹੀ ਅੰਦਰ। ਪਿੰਡ ਦੇ ਮੁਸਲਮਾਨਾਂ ਨੇ? ਮੁਸਲਮਾਨਾਂ ਨੇ। ਮਤਲਬ ਉਹਨੂੰ ਮਾਰਨ ਲੱਗੇ ਸੀ? ਮਾਰਨ ਵਾਲਾ ਉਹ ਕਿਹੜਾ ਸੀ ਤੁਹਾਡੇ ਪਿੰਡ ਦਾ ਮੁਸਲਮਾਨ? ਉਹ ਮਾਰਨ ਵਾਲਾ? ਹਾਂ, ਉਹ ਤਾਂ ਉਸ ਵੇਲੇ ਅਸੀਂ ਤਾਂ ਛੋਟੇ, ਉਹ ਕਈ ਬੱਚਿਆ ਕਿੱਦਾਂ ਜੈਲਦਾਰ ਨੇ ਬਚਾਇਆ? ਨਹੀਂ, ਜੈਲਦਾਰ ਨੇ ਨਹੀਂ ਬਚਾਇਆ, ਇੱਕ ਸਾਡੇ ਪਿੰਡ ਦਾ ਹੀ ਮੁੰਡਾ ਆ, ਉਹਨਾਂ ਆਪਣੇ ਮਾਮੇ ਦੀ ਕੁੜੀ ਕੱਢ ਕੇ ਖੜੀ, ਤਾਂ ਉਹ ਦੂਜੇ ਪਿੰਡ ਤੁਰ ਗਏ ਆ। ਅੱਛਾ, ਉਹ ਆਇਆ, ਚਾਚਾ ਤੂੰ ਅੰਦਰ ਬੈਠੇ ਆ? ਉਹਨਾਂ ਕਿਹਾ ਨਹੀਂ, ਐਵੇਂ ਇੱਥੇ ਅੰਦਰ ਡੱਗ ਗਏ, ਬੂਹਾ ਖੋਲ। ਉਹ ਫਿਰ ਜੈਲਦਾਰ ਨੂੰ ਪਤਾ ਲੱਗਾ ਮੰਗਾਉਣ ਨਾਲ ਇਹਨੂੰ, ਉਹ ਫਿਰ ਉਹ ਸਾਨੂੰ ਬਚਾ ਕੇ ਤਾਂ ਲੈ ਗਿਆ, ਉਹ ਸਾਨੂੰ ਬੁੱਤੀਆਂ ਦੇ ਉੱਪਰ ਪੈਸਾ ਪੈਸਾ ਕੱਪੜਾ ਪੈਸੇ ਸਮਾਨ ਤਾਂ ਸਾਰਾ ਹੀ ਖੋਲ ਆਇਆ। ਸਾਡੇ ਕੋਲ ਤਵਾ ਵੀ ਨਹੀਂ ਰਿਹਾ, ਇੱਕ ਮੇਰੇ ਲੱਗ, ਇੱਕ ਅੱਛਾ ਲੱਗ, ਅਤੇ ਇੱਕ ਕਮੀਜ਼ 'ਚ ਬਸ। ਖੋਇਆ ਪਿੰਡ ਵਾਲਿਆਂ ਨੇ? ਉਹਨਾਂ ਹੀ ਖੋਲ੍ਹੇ ਜਿਹੜੇ ਪੈ ਗਏ ਸਾਰਾ ਪਿੰਡ। ਉਹ ਨੇੜੇ ਤੇੜੇ ਕਿਹੜੇ ਪਿੰਡਾਂ 'ਚੋਂ ਪਾਇਆ ਸੀ ਤੁਹਾਨੂੰ? ਉਹ ਬਾਹਰੋਂ ਮੋਮਦੀਪੁਰ ਦਾ ਸਾਈਦ, ਉਹਨਾਂ ਆਣ ਕੇ ਉਹਨਾਂ। ਕਿਹੜੇ ਪਿੰਡ ਦਾ? ਮੋਮਦੀਪੁਰ ਦਾ। ਮੋਮਦੀਪੁਰ ਦਾ? ਹਾਂਜੀ। ਸੈਯਦ ਸੀ ਕੋਈ? ਅੱਛਾ ਜੀ। ਉਹਨੇ ਜਥਾ ਬਣਾਇਆ ਸੀ ਕੋਈ? ਜਥਾ, ਉਹਨੇ ਆਖਿਆ ਵੀ ਇਹਨਾਂ ਨੂੰ ਕਾਫਰਾਂ ਨੂੰ ਜਾਣ ਨਾ ਦਿਓ, ਵੱਢ ਦਿਓ ਇਹਨਾਂ ਨੂੰ। ਅੱਛਾ ਅੱਛਾ। ਹਿੰਦੂਆਂ ਨੂੰ ਕਾਫਰ ਆ ਦੇ ਨੇ। ਜਿਹੜਾ ਜੈਲਦਾਰ ਸੀ ਉਹ ਕੌਣ ਸੀ? ਜੱਟ ਸੀ? ਜੈਲਦਾਰ ਜੱਟ ਨਹੀਂ ਹੈ, ਉਹ ਵੀ ਚੇਬੀ ਹੈ, ਰਾਜਪੂਤ ਹੀ ਸੀ ਉਹ ਵੀ। ਉਹਦੇ ਮਨ ਦੇ ਵਿੱਚ ਇਹ ਆਇਆ ਹੋਣਾ ਸਾਜਾ ਸਾਡੇ ਚੇਬੇ ਆ ਇਹ। ਆਹੋ, ਅਸੀਂ ਜਾਂਦੇ ਰਹੇ ਮੰਗੀਆਂ ਮੂੰਗੀਆਂ, ਕਣਕ ਕੁਣਕ ਵੱਢਣੀ ਮੰਗੀਆਂ ਨਾਲ, ਤੂੰ ਤਾਂ ਅਦੂ ਕਿਹੜੀਆਂ ਮਸ਼ੀਨਾਂ ਜੀ, ਦਾਤਰੀਆਂ ਨਾਲ ਹੀ ਵੱਢਦੇ, ਤੇ ਨਾਲ ਵੋਟਾਂ ਵਾਟਾਂ ਵੀ ਲੈਂਦੇ ਇਹਨਾਂ ਤੋਂ। ਜਲਦਾਰ ਨੂੰ ਇੱਕੋ ਸਾਰਾ ਘਰ ਦੇ ਇੱਕੋ ਮੈਂਬਰ ਪਾਉਂਦਾ ਵੋਟ। ਅੱਛਾ ਅੱਛਾ ਅੱਛਾ। ਭਾਵੇਂ ਦੱਸ ਜੀ ਨਾ, ਜਿਹੜਾ ਵੱਡਾ ਘਰ ਦੇ ਵਿੱਚ ਉਹਨੇ ਵੀ ਵੋਟ ਪਾਉਣੀ। ਵਾਹ ਜੀ ਵਾਹ, ਇੱਦਾਂ ਹੋਈ ਫਿਰ, ਇੱਦਾਂ ਬਚੇ ਤੁਸੀਂ, ਇੱਦਾਂ ਬਚੇ। ਫਿਰ ਬਚ ਕੇ ਕਿੱਥੇ ਗਏ ਪਹਿਲਾਂ? ਅਸੀਂ ਫਿਰ ਦੇਵੇ ਬਟਾਲਾ ਆ ਗਏ, ਚਿੱਬਾਂ ਦੇ ਕੋਲ ਆਪਣੇ, ਸਾਡੇ ਬੁੱਢੇ ਦੇ ਮਸੇਰੇ ਉੱਥੇ। ਅੱਛਾ, ਉੱਥੇ ਰਹੇ ਇੱਕ ਮਹੀਨਾ ਕੀ? ਇਹ ਜੰਮੂ 'ਚ ਕੋਲ ਆ? ਆਹ, ਜੰਮੂ ਤੋਂ ਅੱਗੇ। ਨਹੀਂ, ਤੁਸੀਂ ਆਏ ਤਾਂ ਜੰਮੂ ਵਿੱਚ ਹੀ ਹੋਣੇ। ਅਸੀਂ ਆਏ ਉਸੇ ਰਾਹ ਦੀ, ਇਹਨੇ ਪਰਲੇ ਰਾਹ ਸਿੱਧੇ ਰਿਆਸਤੀ ਨੂੰ ਚੜੇ, ਅਮੂਆਣੇ ਨੂੰ। ਅਮੂਆਣੇ ਨੂੰ? ਅੱਛਾ, ਜਿਹੜੇ ਜਿਹੜੇ ਪਿੰਡ ਗਏ ਉੱਥੇ? ਅਸੀਂ ਕਢਾਲਾ ਪੜ੍ਹਦੇ,
ਕਢਾਲੇ ਪੜਦੇ ਆ ਨਾ ਉੱਥੋਂ, ਤੇ ਫਿਰ ਉੱਥੋਂ ਚੜ੍ਹ ਕੇ ਬੁੱਤੀਆਂ ਤੋਂ, ਤੇ ਫਿਰ ਰਾਤ ਜੇ ਉੱਥੇ ਉਦੋਂ ਬੱਦਲ ਬੜੇ ਪੈਂਦੇ ਤੇ ਜਿਹੜੇ ਅਸੀਂ ਆਏ ਤੇ ਬੱਦਲ ਆਖਿਆ ਵੀ ਇਹੋ ਹੀ ਵੇਲੇ ਬਹੁਤ ਬੱਦਲ ਪੈਂਦੇ, ਭੁੱਖੇ ਤਰਿਆ ਨਾ ਕੋਈ ਭਾਂਡਾ ਨਾ ਕੋਈ ਚੀਜ਼ ਕੋਲ, ਜਿੱਥੇ ਆਖਣਾ ਸਾਨੂੰ ਮਾਈਆਂ ਸਾਡੀਆਂ ਆਖ ਲਾਈਆਂ ਜਾਓ ਉਸ ਪਿੰਡੂ ਜਾ ਕੇ ਰੋਟੀ ਮੰਗ ਲਿਓ, ਨਿਆਣੇ ਬੜੇ ਰੋਂਦੇ ਨੇ, ਅਸੀਂ ਗਏ ਤੇ ਇੱਕ ਬੁੱਢੀ ਸਾਨੂੰ ਪੈ ਗਈ, ਸਾਡੇ ਕੋਲ ਆਪਣੇ ਜੋ ਨਹੀਂ ਪੱਕਣੀਆਂ ਤੁਹਾਨੂੰ ਰੋਟੀ ਦੇਈਏ, ਅਸੀਂ ਲੈ ਆਇਓ, ਮੈਂ ਕਿਹਾ ਉਹ ਤਾਂ ਸਾਨੂੰ ਗੱਲ ਪੈ ਗਈ, ਅਸੀਂ ਨਹੀਂ ਜਾਣਾ। 80 ਕਿੱਲਿਆਂ ਦੇ ਮਾਲਕ ਰਾਜਪੂਤ ਹੈ, ਹੱਥ ਅੱਡਣ ਗਏ ਹੈ, ਦੇਖੋ ਸਮੇਂ ਹੈ ਕੋਈ ਨਹੀਂ, ਨਾ ਕੋਈ ਤਵਾ ਨਾ ਕੋਈ ਆਟਾ ਨਾ ਕੋਈ ਪੈਸਾ, ਖੋਲੇ ਉਹਨਾਂ ਮੁਸਲਮਾਨਾਂ ਦਾ ਸਭ ਕੁਛ। ਤੁਹਾਡੇ ਪਿੰਡ 'ਚ ਕੋਈ ਕਤਲ ਵੀ ਹੋਇਆ? ਕਤਲ ਸਾਡੇ ਪਿੰਡ, ਸਾਡੇ ਪਿੰਡ ਨਹੀਂ ਹੋਇਆ, ਪਹਿਲੇ ਸਾਡੇ ਤੋਂ ਹੋਇਆ ਵਾ ਤਾਂ ਪਤਾ ਨਹੀਂ। ਇਹ ਬਹੁਤੇ ਲਵਾਣਿਆਂ ਦੇ ਪਿੰਡ ਸੀ ਨਾ ਉਹਦੇ ਤੁਹਾਡੇ ਨੇੜੇ ਤੇੜੇ? ਲਵਾਣਿਆਂ ਨੇ ਟਾਂਡਾ ਕਿਹੜਾ ਅਤੇ ਖੋੜੀ ਲਵਾਣਿਆਂ ਦੀ ਜੀ, ਖੋੜੀ ਤਾਂ ਬੜਾ ਪਿੰਡ ਤਗੜਾ ਆ, ਹੋਰ ਅਤੇ ਲਵਾਣੇ ਇਹੋ ਹੀ ਆ, ਜ਼ਿਆਦਾ ਮੁਸ਼ਕਿਲ ਬਾਰ ਆ, ਮੁਸ਼ਕਿਲ ਬਾਰ, ਮੁਸ਼ਕਿਲ ਬਾਰ, ਆਹੋ ਸਭ ਲਵਾਣੇ ਆ। ਟਾਂਡੇ ਕਿਲ੍ਹੇ ਦੇ ਲਵਾਣੇ ਤਾਂ ਬਹੁਤ ਤਗੜੇ, ਉਹਨਾਂ ਕੋਲ ਮੁਸਲਮਾਨ ਵੀ ਡਰਦੇ ਪਏ, ਇਹਨਾਂ ਕੋਲ ਅਸਲ ਹੈ ਬਿਲਕੁਲ ਫੌਜੀ ਹੈ ਨਾ। ਅਤੇ ਬਾਬਾ ਜੀ ਤੁਸੀਂ ਹੁਣ ਪਿੰਡ ਜਾਣਾ ਚਾਹੁੰਦੇ ਆ, ਹਾਂਜੀ, ਅਤੇ ਜੇ ਤੁਹਾਨੂੰ ਇਕੱਲਿਆਂ ਨੂੰ ਮੌਕਾ ਮਿਲੇ ਚੱਲ ਜਾਓਗੇ? ਰਸਤਾ ਯਾਦ ਆ? ਆਹੋ ਉੱਥੇ ਤਾਂ ਤੁਰ ਜਾਈਦਾ, ਮੈਂ 10-12 ਸਾਲ ਮੈਂ ਤੁਰ ਤੁਰ ਮੈਂ ਇੱਥੋਂ ਤੁਰ ਗਿਆ ਦੇਵੇ ਬਟਾਲੀਓ ਇਕੱਲੇ, ਮੈਂ ਤਾਂ ਸਾਡਾ ਚਾਚੇ ਦਾ ਪੁੱਤਰ ਆ ਇੱਕ, ਉਹ ਮੈਂ ਆਖਿਆ ਚੱਲ ਚੱਲੀਏ ਤਾਂ ਖੂਹ, ਉੱਥੇ ਛੱਪੜਾਂ ਦਾ ਪਾਣੀ ਪੀਣੀ ਅਤੇ ਖੂਹ ਬੜੇ ਡੂੰਘੇ, ਖੂਹ ਬੜੇ ਡੂੰਘੇ, ਤਾਂ ਆਖਿਆ ਇੱਥੇ ਛੱਪੜਾਂ ਦਾ ਪਾਣੀ ਪੀਣਾ, ਚੱਲ ਚੱਲੀਏ। ਜਦੋਂ ਅਸੀਂ ਗਏ ਨਾ ਕਢਾਲਾ ਤੇ ਉਹ ਚਾਚੇ ਸਾਡੇ ਦਾ ਮੁੰਡਾ ਡਰ ਗਿਆ, ਤਾਂ ਮੈਂ ਨਹੀਂ ਜਾਣਾ, ਮੈਂ ਕਿਹਾ ਨਹੀਂ ਜਾਣਾ ਤਾਂ ਮੈਂ ਚੱਲਿਆ, ਅਸੀਂ ਪੜ੍ਹਨਾ ਆਉਂਦੇ ਉੱਥੇ ਮੈਨੂੰ ਤਾਂ ਪਤਾ ਆ, ਮੈਂ ਕਿਹਾ ਮੈਂ ਚੱਲਿਆ। ਫਿਰ ਉਹ ਚਾਚਾ ਸਾਡਾ ਸਮਾਨ ਲੈ ਕੇ ਇੱਕ ਜਾਂਜ ਆਉਂਦੀ ਵੀ ਹਿੰਦੂਆਂ ਦੀ, ਅਤੇ ਉਹਦੇ ਨਾਲ ਹੀ ਸਮਾਨ ਲੈ ਕੇ, ਮੈਂ ਉਹਨਾਂ ਦੀ ਵੱਖਰੀ ਹੋ ਕੇ ਲੰਘ ਗਿਆ, ਪਿੰਡ ਤੁਰ ਗਿਆ। ਮੈਨੂੰ 2 ਦਿਨ ਮਿਆਣਿਆਂ ਦੇ ਘਰ ਸਵਾਲਦੇ, ਜਿਹੜੇ ਨਮਾਜ਼ ਨੂੰ ਹੀ ਪੜ੍ਹਦੇ ਵੱਢ ਨਾ ਦੇਣ, ਅਤੇ ਮੈਂ ਕਿਹਾ ਜੇ ਉੱਥੇ ਸਵਾਲਿਆ ਉੱਥੇ ਵੀ ਵੱਢ ਹੀ ਦੇਣਾ, ਅਤੇ 2 ਦਿਨ ਉੱਥੇ ਰਹੇ, ਫਿਰ ਸਾਨੂੰ ਆਪੂ ਨਾ ਸਮਾਨ ਬਣਾਇਆ ਵੀ ਚੱਲ ਤੁਹਾਨੂੰ ਉੱਪਰ ਚਾੜ ਆਪਣੇ। ਉਹ ਫਿਰ ਮੋਮਦੀਪੁਰ ਦਾ ਸਜਦਾ ਆ, ਉਹਨੇ ਆਖਿਆ ਵੀ ਕਾਫਰਾਂ ਨੂੰ ਵੱਢ ਦਿਓ, ਫਿਰ ਜੋ ਡੰਗਰ ਮਹੀਆਂ ਮੂਹੀਆਂ ਸਭ ਸਮਾਨ ਖੋਲਿਆ, ਕੱਖ ਨਹੀਂ ਸਾਡੇ ਕੋਲ ਰਹਿਣ ਦਿੱਤਾ, ਉਹਨੂੰ ਫਿਰ ਖਾਲੀ ਆਉਣਾ, ਹੋਰ ਕੀ ਕਰਨਾ ਆ। ਹੁਣ ਕਿਹੜੇ ਕਿਹੜੇ ਯਾਰ ਯਾਦ ਆਉਂਦੇ ਤੁਹਾਨੂੰ ਖਾਸ? ਯਾਦ ਤਾਂ ਹੁਣ ਸਾਡੇ ਨਾਲ ਦੇ ਇੱਕ ਅਬਦੁਲ ਕਰੀਮ ਆ, ਇੱਕ ਮੁਹੰਮਦ ਸ਼ਫੀ, ਇਹੋ ਜਿਹੇ ਨਾਂ ਹੈ ਮੁਸਲਮਾਨਾਂ ਦੇ। ਕੋਈ ਖਾਸ ਯਾਰ ਵੀ ਸੀ ਜਿਹਨਾਂ ਗਲੀਆਂ 'ਚ ਖੇਡਦੇ ਸੀ, ਸਕੂਲੇ ਪੜ੍ਹਦੇ ਸੀ? ਆਹੋ ਉਦੋਂ ਤਾਂ ਸਾਰੇ ਯਾਰ ਹੈ, ਸਾਰੇ ਇਕੱਠੇ ਕੌਡੀ ਖੇਡਣਾ, ਘੁਲਣਾ, ਇੰਨੇ ਇੰਨੇ ਪੱਥਰ ਰੱਖੇ ਹੋਏ, ਕਈਆਂ ਜਿਹੜੇ ਵੱਡੇ ਉਹਨਾਂ ਮਣ ਮਣ ਦੇ ਰੱਖੇ ਹੋਏ, ਜਿਹੜੇ ਅਸੀਂ ਛੋਟੇ ਹੋ ਅਸੀਂ 10-10 ਕਿਲੋ ਦੇ ਰੱਖੇ ਹੋਏ। ਹੁਣ ਫਿਰ ਕਿੰਨੇ ਸਾਲ ਹੋ ਗਏ ਨਿਕਲੇ, ਚੇਤਾ ਭੁੱਲ ਗਏ। ਕਦੀ ਕਦੀ ਸੁਪਨਿਆਂ 'ਚ ਚਲ ਜਾਂਦੇ ਪਿੰਡ? ਆਹੋ ਕਈ ਵਾਰੀ ਜੀ। ਕੀ ਕਰਦੇ ਹੁੰਦੇ ਪਿੰਡ ਜਾ ਕੇ? ਪਿੰਡ ਜਾ ਕੇ ਆਪਣੇ ਖੂਹ ਦੇਖੀਦੇ ਨੇ, ਉੱਥੋਂ ਪੜ੍ਹ ਕੇ ਆਉਂਦੇ ਨੇ, ਗਾਜਰਾਂ ਪੁੱਟਦੇ ਹੁੰਦੇ, ਗਾਜਰਾਂ ਬੜੀਆਂ ਮਿੱਠੀਆਂ, ਇੱਧਰ ਗਾਜਰਾਂ ਦੇਖੀਆਂ ਹੋਇਆ ਨਹੀਂ ਉਹੋ ਜਿਹੀਆਂ ਮਿੱਠੀਆਂ। ਉਹ ਗਾਜਰਾਂ ਨਹੀਂ ਮਿਲਣੀਆਂ, ਨਾ ਉਹ ਪਾਣੀ ਮਿਲਣੇ ਆ, ਨਾ ਉਹ ਮਿੱਟੀ ਮਿਲਣੀ ਆ, ਨਾ ਉਹ ਹਵਾ ਮਿਲਣੀ ਆ, ਇਹੀ ਤਾਂ ਸਮੱਸਿਆ ਆ। ਫਿਰ ਕੌਡੀ ਖੇਡਣਾ ਅਤੇ ਇਕੱਲੇ ਇਕੱਲੇ ਆਉਣਾ, ਮੈਂ ਦੇਖਣਾ ਕੋਈ 10-12 ਫੜੇ ਹੋਏ, ਇਕੱਲੇ ਇਕੱਲੇ ਦੇ ਅੱਗੇ ਖਲੋਣਾ, ਜਿਹੜਾ ਤਗੜਾ ਉਹਨਾਂ ਤਰੋਲਾ ਮਾਰਦੇ ਜਾਣਾ, ਅਤੇ ਘਿਓ ਖਾਣੇ, ਰੁਪਈਏ ਦਾ ਕਿਲੋ ਘਿਓ 1.25 ਦਾ ਮਿਲਦਾ ਆ। ਬੁੱਢੇ ਜਦੋਂ ਪਾਕਿਸਤਾਨ ਬੜਿਆ, ਬੁੱਢੇ ਸਾਡੇ 5 ਕਿਲੋ ਘਿਓ ਲਿਆ, ਉਹ ਵੀ ਬੜਾ ਖਾਂਦਾ, ਘੁਲਦਾ ਘੁਲਦਾ 5 ਕਿਲੋ ਘਿਓ ਲਿਆਉਂਦਾ 5 ਰੁਪਈਆਂ ਦਾ, ਉਹ ਫਿਰ ਖਾ ਜਾ। ਬਾਬਾ ਜੀ ਹੁਣ ਇੱਦਾਂ ਗੱਲ ਆ ਜੀ, ਹੁਣ ਹਾਂਜੀ, ਕੋਈ ਪਿੰਡ ਵਾਲਿਆਂ ਨੂੰ ਸੁਨੇਹਾ ਦੇ ਦਿਓ। ਸੁਨੇਹਾ ਤਾਂ ਮੈਂ ਤਾਂ ਉਹਨਾਂ ਨੂੰ ਮੈਂ ਜਾਣਾ ਆ, ਇਸੇ ਗੱਲ ਹੈ ਵੀ ਮੈਂ ਜਾ ਕੇ ਆਖਾਂਗਾ ਇੱਕ ਵਾਰੀ ਆਓ ਤਾਂ ਸਹੀ, ਸਾਨੂੰ ਤਾਂ ਮਿਲੋ, ਤਾਂ ਵਾਸਤੇ ਮੈਂ ਜਾਣਾ ਵੀ ਸਾਨੂੰ ਵੀ ਦੇਖੋ ਆਣ ਕੇ ਵੀ ਕਿੱਡਾ ਬਣੇ ਆ। ਹੁਣ ਉਸ ਵੇਲੇ ਅਸੀਂ, ਸਾਡੇ ਕੋਲ ਡੰਗਰ ਵੀ ਨਹੀਂ, ਹੁਣ ਸਾਡੇ ਕੋਲ 4 ਟਰੈਕਟਰ ਨੇ। ਹਾਏ 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 ਹਾਏ, ਸੁਣ ਲਓ ਜੀ, ਇਹ ਬੰਦੇ ਪਹਿਲਾਂ ਵੀ ਰੱਜੇ ਪੁੱਜੇ ਸੀ, ਫਿਰ ਉੱਜੜੇ ਕੱਪੜੇ ਵੀ ਲਾ ਲਏ, ਉਦੋਂ ਹੈ ਹੀ ਨਹੀਂ ਕੱਖ ਵੀ, ਗਏ ਤਵੇ ਤੱਕ ਨਹੀਂ ਲਿਆਉਣ ਦਿੱਤੇ, ਹੁਣ 4 ਟਰੈਕਟਰ ਨੇ, 4 ਟਰੈਕਟਰ ਨੇ ਇਸ ਵੇਲੇ ਸਾਡੇ ਕੋਲ, ਅਤੇ ਜੇ ਉਹਨਾਂ ਨੂੰ ਮੈਂ ਤਾਂ ਵਾਸਤੇ ਜਾਣਾ ਬਈ, ਯਾਰ ਦੋਸਤਾਂ ਨੂੰ ਦੱਸਾਂਗਾ ਆਓ ਤਾਂ ਸਹੀ ਸਾਡਾ ਪਿੰਡ ਤਾਂ ਦੇਖੋ ਆਣ ਕੇ। ਜੀ ਤੁਹਾਡੇ ਯਾਰ ਦੋਸਤ ਕਿਹੜੇ ਕਿਹੜੇ ਯਾਰ ਦੋਸਤ ਆ ਜਿਹਨਾਂ ਨੂੰ ਤੁਸੀਂ ਸੱਦਣਾ ਚਾਹੁੰਦੇ ਇੱਥੇ? ਨਾ ਲਓ, ਇੱਕ ਤਾਂ ਤਫੈਲ ਆ, ਤਫੈਲ ਅਤੇ ਇੱਕ ਮੁਹੰਮਦ ਕਰੀਮ ਸਾਡੇ ਨਾਲ ਜਿਹੜੇ ਪੜ੍ਹਦੇ, ਹੋਰ
ਬਸ ਇਹੋ ਦੋ ਤਰ੍ਹਾਂ ਯਾਦ ਯਾਦ ਭੁੱਲ ਗਏ ਤੁਹਾਡੇ ਪਿੰਡ ਦੇ ਸੀ ਪਿੰਡ ਦੇ ਹੀ ਪਿੰਡ ਸਾਡੇ ਦੇ ਰਾਜਪੂਤ ਸੀਗੇ ਲਓ ਜੀ ਗੱਲ ਸੁਣੋ ਇਹ ਬਜ਼ੁਰਗ ਤੁਹਾਨੂੰ ਸੱਦ ਰਹੇ ਆ ਪਿੰਡ ਗਾਲੋਵਾਲ ਹਾਂਜੀ ਤਹਿਸੀਲ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਦਸੂਹੇ ਆ ਜਾਣ ਸਾਡਾ ਨਾਂ ਹੀ ਲੈ ਲੈਣ ਗਾਲੋਵਾਲ ਦਾ ਸਰਪੰਚ ਦੇ ਸਾਡਾ ਦਸੂਹੇ ਨਾਂ ਲੈ ਲੈਣ ਫਿਰ ਦੱਸ ਦੇਣਾ ਨਾ ਹੰਸਰਾਜ ਨਾ ਜੀ ਹਾਂਜੀ ਹੰਸਰਾਜ ਤੇ ਗੱਲ ਸੁਣਿਓ ਮੈਨੂੰ ਬਾਬਾ ਜੀ ਗੱਲ ਦੱਸੋ ਜਿਹੜਾ ਗਾਲੋਵਾਲ ਆ ਇਹ ਪੀਰੂ ਦਾ ਮੁੰਡਾ ਵਾ ਪੀਰੂ ਦਾ ਪੀਰੂ ਦਾ ਸਾਡੇ ਬੁੱਢੇ ਦੇ ਸਾਰੇ ਦੁਨੀਆ ਜਾਣਦੀ ਮੁਸਲਮਾਨ ਸਾਡੇ ਪੱਸੀ ਆਉਂਦਾ ਦੂਰ ਪੋਤਰੇ ਹੀ ਆਉਂਦੇ ਨਾ ਮੁੰਡੇ ਤੇ ਮਰ ਮੁਰ ਗਏ ਉਹ ਤਗੜਾ ਮੁਸਲਮਾਨ ਸੀ ਬੜਾ ਤਗੜਾ ਇੱਕ ਨੂਰ ਮੁਹੰਮਦ ਪੱਸੀ ਵਾਲਾ ਇੱਕ ਜਾਨਖੇਲ ਵਾਲਾ ਪਠਾਨ ਇੱਕ ਰਾਮ ਭੰਗਾਲੇ ਵਾਲਾ ਇਹ ਤਿੰਨੇ ਜੇ ਬੰਦਾ ਫਾਂਸੀ ਲੱਗਿਆ ਮਤਲਬ ਇਹ ਛਡਾ ਸਕਦੇ ਇਹਨਾਂ ਜ਼ੋਰ ਆ ਇਹਨਾਂ ਦਾ ਦੇਖੋ ਬਾਬੇ ਨੇ ਇੱਧਰ ਆ ਕੇ ਵੀ ਇਹਨਾਂ ਬੰਦਿਆਂ ਨੇ ਨਾ ਚੇਤੇ ਕਰ ਜਿਹੜਾ ਰਾਮ ਭੰਗਾਲੇ ਵਾਲਾ ਨਾ ਉਹਦੀ ਬਾਰਾਂਦਰੀ ਫੁਹਾਰਾ ਚੱਲਦੀਆਂ ਅਜੇ ਵੀ ਹੋਣੀ ਆ ਮੈਨੂੰ ਮੇਰੇ ਡਿੱਗ ਪਈ ਉਹਦਾ ਜਿਹੜਾ ਆਲਮ ਲੁਹਾ ਰਿਹਾ ਨਾ ਉਹ ਸਾਡੇ ਪਿੰਡ ਇਸ ਤਰ੍ਹਾਂ ਜਿਸ ਤਰ੍ਹਾਂ ਕੋਟਲੀ ਹੈ ਅਤੇ ਸਾਡੇ ਵੱਡੇ ਭਰਾ ਦਾ ਵਿਆਹ ਆਖਦਾ ਚਾਚਾ ਜਿੱਦਣ ਵਿਆਹ ਆਇਆ ਨਾ ਮੈਂ ਇੱਥੇ ਦਸ ਦਿਨ ਖਾੜਾ ਲਾਉਣਾ ਦੋ ਦਿਨ ਸਾਡੇ ਪਿੰਡ ਖਾੜਾ ਲਾਇਆ ਉਹਨੇ ਬਾਹਰ ਜਾ ਕੇ ਜੋੜੀ ਲੈ ਕੇ ਨਾਲ ਚਿਮਟਾ ਲੈ ਕੇ ਉਹ ਦੂਰ ਜਾ ਕੇ ਖਾੜਾ ਲਾ ਦਿੱਤਾ ਪੁਰ ਦੁਨੀਆਂ ਸਾਰੀ ਚੀਆਂ ਵਾਲੀ ਕੰਜਰੀ ਨੂੰ ਛੱਡ ਕੇ ਸਾਰੀ ਦੁਨੀਆਂ ਉਧਰ ਤੁਰ ਗਈ ਮੈਂ ਤਾਂ ਆਪਣੀ ਅੱਖੀ ਦੇਖਿਆ ਇਹ ਗੱਲ ਦੁਬਾਰਾ ਸੁਣਨੀ ਤੁਹਾਡੇ ਤੋਂ ਅਸੀਂ ਆਲਮ ਲਹਾਰ ਦਾ ਪਿੰਡ ਕਿਹੜਾ ਸੀਗਾ ਜੀ ਰਾਜਪੁਰਾ ਰਾਜਪੁਰਾ ਪਿੰਡ ਸੀ ਤੁਹਾਨੂੰ ਮਿਲਦੇ ਰਹਿੰਦੇ ਸੀ ਤੁਸੀਂ ਦੇਖਿਓ ਆ ਆਹੋ ਅਸੀਂ ਤਾਂ ਸਾਡੇ ਪਿੰਡ ਦੇ ਖਾੜਾ ਲਾਇਆ ਦੋ ਤਿੰਨ ਦਿਨ ਅਸੀਂ ਤਾਂ ਜਾਣਦੇ ਬੁੱਢਾ ਉਹਦਾ ਪਿਓ ਪੰਜਾਲੀਆਂ ਬਣਾਉਂਦਾ ਕੋਕੇ ਲਾ ਲਾ ਕੇ ਸਾਡਾ ਬੁੱਢਾ ਉਹਦੇ ਭਾਈਚਾਰਾ ਬਿਲਕੁਲ ਬਿਲਕੁਲ ਉਹਦਾ ਪਿਓ ਆਲਮ ਲਹਾਰ ਹੋਣਾ ਦਾ ਪਿਓ ਪੰਜਾਲੀਆਂ ਬਣਾਉਂਦਾ ਸੀ ਪੰਜਾਲੀਆਂ ਬਣਾਉਂਦਾ ਕੋਕੇ ਲਾ ਲਾ ਕੇ ਨਾ ਪਿੱਤਲ ਦੇ ਤੇ ਫਿਰ ਬੁੱਢੇ ਸਾਡੇ ਪੰਜਾਲੀ ਬਣਵਾ ਕੇ ਲਿਆਂਦੀ ਉਹਦੇ ਕੋਲ ਉਹ ਪੰਜਾਲੀ ਇੱਥੇ ਤੱਕ ਆਈ ਕਿ ਨਹੀਂ ਨਾ ਜੀ ਉਹ ਪੰਜਾਲੀਆਂ ਛੱਡ ਕੇ ਸਾਨੂੰ ਲੰਗਰ ਵੀ ਨਹੀਂ ਲਿਆਏ ਤੇ ਉਹ ਤਾਂ ਖੋਹ ਲਿਆ ਸਭ ਕੁਝ ਉੱਥੇ ਆਲਮ ਲਹਾਰ ਦਾ ਪਿਓ ਤੁਸੀਂ ਦੇਖਿਆ ਪਿਓ ਪਿਓ ਨਹੀਂ ਦੇਖਿਆ ਆਲਮ ਲਹਾਰ ਦੇਖਿਆ ਕਿੰਨੇ ਦਿਨ ਰਿਹਾ ਉਹ ਤਾਂ ਦੋ ਦਿਨ ਸਾਡੇ ਜਦੋਂ ਕੋਈ ਖਾੜਾ ਖੋੜੇ ਹੁੰਦੇ ਨਾ ਜਦੋਂ ਕੋਈ ਲੱਗਦੇ ਮੇਲੇ ਮੋਲੇ ਉਹਨੇ ਫਿਰ ਲਾ ਦੇਣਾ ਪਿੜ ਕੇ ਪਤਲਾ ਜਿਹਾ ਹੁੰਦਾ ਹੁਣ ਤਾਂ ਮੋਟਾ ਬੜਾ ਹੋ ਗਏ ਬਾਹਰਲੇ ਮੁਲਕ ਜਾ ਕੇ ਉਹਨੇ ਗਾਣਾ ਲਾਇਆ ਬਿਮਾਰ ਹੋ ਗਿਆ ਤੇ ਉਹਨੇ ਆਖਿਆ ਕੋਲੋਂ ਭੇਡਾਂ ਲੰਘ ਲੰਘ ਜਾਂਦੀਆਂ ਤੇ ਜਿਹੜਾ ਉਹਨਾਂ ਗਾਣਾ ਲਾਇਆ ਤਾਂ ਜਿੰਨੀਆਂ ਨਾਥਾਂ ਸਭ ਦੁਆਲਾ ਬਾਬਾ ਦੱਸ ਕੀ ਐਡਾ ਆਵਾਜ਼ ਆ ਉਹਦਾ ਆਵਾਜ਼ ਬਹੁਤ ਸੀ ਹੁਣ ਉਹਦੇ ਮੁੰਡੇ ਦਾ ਵੀ ਜੀ ਬਹੁਤ ਆਵਾਜ਼ ਆ ਅੱਛਾ ਉਹ ਤਾਂ ਮੁੰਡਾ ਨਹੀਂ ਦੇਖਿਆ ਤੇ ਉਹਦਾ ਪਿਓ ਤਾਂ ਦੇਖਿਆ ਉਹ ਤਾਂ ਬੜੀ ਆਵਾਜ਼ ਹੀ ਪਤਲਾ ਜਿਹਾ ਹੁੰਦਾ ਤੇ ਹੁਣ ਤਾਂ ਮੋਟਾ ਹੀ ਬੜਾ ਹੋ ਗਿਆ ਮੁੰਡਾ ਨਾ ਆਰਿਫ ਲੁਹਾਰਿਆ ਅੱਛਾ ਉਹਦਾ ਇੱਕ ਗੀਤ ਆ ਜੁਗਨੀ ਉਹਨੇ ਦੁਨੀਆਂ ਦੇ ਵਿੱਚ ਰਿਕਾਰਡ ਬਣਾ ਤਾ ਅਰਨੀ ਦਾ ਗੀਤ ਕਿ ਉਹਨਾਂ ਬਣਾਇਆ ਇੱਕ ਆਲਮ ਲੁਹਾਰ ਨੇ ਪਰ ਸੁਣਦੇ ਹੀ ਰਵੀ ਕੋਈ ਗੀਤ ਜਿੱਤੇ ਉਹਦਾ ਬੜੇ ਸਾਡੇ ਪਿੰਡ ਤੇ ਤਿੰਨ ਦਿਨ ਰਿਹਾ ਗਾਂਦਾ ਅਸੀਂ ਤਾਂ ਰੋਜ਼ ਦੇਖਦੇ ਸੁਣਾ ਇੱਕ ਗੀਤ ਸੁਣਾਓ ਉਹਦਾ ਗੀਤ ਸੁਣਾਓ ਜੀ ਸਾਨੂੰ ਗੀਤ ਨਹੀਂ ਆਉਂਦਾ ਅੱਛਾ ਉਹ ਜਿਹੜੇ ਤੁਹਾਡੇ ਚਾਚੇ ਦੇ ਮੁੰਡੇ ਦਾ ਵਿਆਹ ਸੀ ਜਾਂ ਚਾਚੇ ਦਾ ਵਿਆਹ ਸੀ ਜਦੋਂ ਆਇਆ ਉਹ ਸਾਡੇ ਭਰਾ ਦਾ ਮੇਰੇ ਦਾ ਵੱਡੇ ਦਾ ਆਹੋ ਉਹ ਫਿਰ ਵਿਆਹ ਨਹੀਂ ਹੋਇਆ ਫਿਰ ਰੌਲਾ ਪੈ ਗਿਆ ਫਿਰ ਇੱਧਰ ਆਣ ਕੇ ਵਿਆਹ ਨਹੀਂ ਜਿਹੜਾ ਤੂੰ ਕਹਿੰਦੇ ਅਖਾੜਾ ਲੱਗਾ ਸੀ ਇੱਕ ਕੰਜਰੀ ਉਹ ਤਾਂ ਉਹਦੇ ਉਹਦੇ ਹੀ ਖੜਾ ਲਾਇਆ ਉਹਨੇ ਇਸ ਤਰ੍ਹਾਂ ਮੇਲਾ ਲੱਗਿਆ ਆ ਤੇ ਉਹ ਚੀਆਂ ਵਾਲੇ ਕੰਜਰੀ ਬੜੀ ਮਸ਼ਹੂਰੀ ਕਿਹੜੇ ਪਿੰਡ ਦੀ ਚੀਆਂ ਵਾਲੇ ਦੀ ਚੀਆਂ ਵਾਲੇ ਦੀ ਉਹ ਬੜੀ ਮਸ਼ਹੂਰੀ ਆਖ ਲਈ ਮੈਂ ਆਲਮ ਲੁਹਾਰ ਦਾ ਅਖਾੜਾ ਹੀ ਪੁੱਟ ਦੇਣਾ ਉਹਨੇ ਆਖਿਆ ਕੋਈ ਨਹੀਂ ਉਹਨੇ ਉੱਡੀ ਕੀ ਦੂਰ ਜਾ ਕੇ ਚਿਮਟੇ ਨਾਲ ਗਾਉਂਦਾ ਆ ਚਿਮਟਾ ਤੇ ਜੋੜੀ ਨਾਲ ਕੁੱਲ ਦੁਨੀਆ ਹੀ ਸਾਰੀ ਉਹ ਰਹਿ ਗਈ ਕੰਜਰੀ ਕੱਲੀ ਹੈ ਸਾਰੀ ਦੁਨੀਆ ਹੀ ਉੱਧਰ ਟੁੱਟ ਗਈ ਆਵਾਜ਼ ਹੀ ਬੜਾ ਆ ਉਹਦਾ ਉਹ ਤਾਂ ਹੁਣ ਵੀ ਕਿਹੜੇ ਬਾਜੇ ਬੁਜੇ ਲੱਗਦਾ ਅਸੀਂ ਸੁਣਦੇ ਹਾਂ ਹੁਣ ਵੀ ਸੁਣਦੇ ਹਾਂ ਹੁਣ ਵੀ ਜਦੋਂ ਆਲਮ ਲਹਾਰ ਦਾ ਗੀਤ ਸੁਣਦੇ ਹਾਂ ਕਿੱਦਾਂ ਮਹਿਸੂਸ ਹੁੰਦਾ ਕਿ ਸਾਡੇ ਪਿੰਡ ਦਾ ਆ ਮੈਂ ਕਹਾਉਂਦੀ ਹੋਣੀ ਆ ਸਾਡੇ ਪਿੰਡ ਦਾ ਹੀ ਆ ਉਹ ਸਾਡੇ ਤੇ ਕੋਲ ਅਸੀਂ ਤਾਂ ਅੱਖੀ ਦੇਖੇ ਆ ਅਖਾੜੇ ਸਾਰੇ ਦੇਖੇ ਮੈਂ ਤੇ ਆਲਮ ਲਹਾਰ ਦਾ ਅਸੀਂ ਅੱਖੀ ਦੇਖਿਆ ਜੀ ਸਾਡੇ ਪਿੰਡ ਤਿੰਨ ਦਿਨ ਰਿਹਾ ਗਾਂਦਾ ਫਿਰ ਤਿੰਨ ਦਿਨ ਜਦੋਂ ਮੇਲੇ ਮੇਲੇ ਲੱਗਦੇ ਫਿਰ ਵੀ ਉਹਨੇ ਖਾੜਾ ਬਣ ਜਾਣ ਦੁਨੀਆ ਫਿਰ ਇਕੱਠੀ ਹੋ ਜਾਂਦੀ ਇਹ ਜਿਹੜੇ ਹੁਣ ਗਾਣੇ ਨੇ ਇਹ ਤਾਂ ਸਾਨੂੰ ਸਮਝ ਨਹੀਂ ਆਉਂਦੇ ਗਾਣੇ ਬੜੇ ਵਧੀਆ ਗਾਉਂਦੇ ਉਹ ਬਹੁਤ ਵਧੀਆ ਖੂਬ ਵਾਲੀ ਗੱਲ ਸੁਣਾ ਬਾਕੀ ਨਾਰੇ ਨਹੀਂ ਤੇ ਹੁਣ ਸੁਪਨੇ 'ਚ ਜਾਂਦੇ ਪਿੰਡ ਆਪਣੇ
ਕਈ ਵਾਰੀ ਜਾਈਦਾ ਜੀ। ਸਾਡਾ ਤਾਂ ਹੁਣ ਵੀ ਦਿਲ ਕਰਦਾ, ਮੈਂ ਤਾਂ ਜਿਹੜੇ ਮੁੰਡੇ ਅੱਜ ਕੱਲ੍ਹ ਦੇ, ਮੈਂ ਚਲੋ ਤੁਹਾਨੂੰ ਮੈਂ ਪਿੰਡ ਵੀ ਦੱਸ ਲਿਆ ਸਭ ਕੁਛ ਤਿਆਰ ਹੋਣ ਦਾ, ਤਾਂ ਨਾ ਹੁਣ ਕਰਨਾ ਹੁਣ ਪੋਤੇ ਪੁੱਛਦੇ ਆ ਜਾਂ ਪੋਤੀਆਂ ਜਾਂ ਪੋਤੇ? ਇਹ ਨੀ ਬਈ, ਇਹ ਤਾਂ ਮੈਨੂੰ ਤਾਂ ਹੀ ਸੁੱਖ, ਮੇਰੇ ਘਰ ਦੀ ਤਾਂ ਮੈਨੂੰ ਮੇਰੇ 20-25 ਸਾਲ ਹੋ ਗਏ ਹੋਣੀ, ਮਰ ਗਈ, ਨੂੰਹਾਂ ਵੀ ਚੰਗੀਆਂ, ਪੁੱਤ ਵੀ ਚੰਗੇ, ਸੇਵਾ ਕਰਦੇ। ਨਹੀਂ, ਪੁੱਤਾਂ ਨੇ ਕਦੀ ਪੁੱਛਿਆ ਬਾਪੂ ਕਿਹੜਾ ਪਿੰਡ ਸੀ ਆਪਣਾ ਕਿੱਦਾਂ? ਉਹ ਤਾਂ ਪੁੱਛਦੇ ਨੇ ਉਹਨਾਂ ਨੂੰ, ਤਾਂ ਗਿਆ ਇੱਕ ਮੁੰਡਾ ਬਾਹਰ, ਉਹ ਮੈਂ ਕਿਹਾ ਤੂੰ ਸਾਡੇ ਪਿੰਡ ਦੇ ਮੁੰਡੇ ਕਈ ਹੋਣੇ, ਤੇ ਇਹਨਾਂ ਤੋਂ ਆਪਣੇ ਪਿੰਡ ਦਾ ਨਾਂ ਯਾਦ ਰੱਖੀ, ਤੇ ਪੁੱਛੀ ਵੀ ਤੂੰ ਕਿਹੜੇ ਪਿੰਡ ਦਾ? ਚਲੋ ਬਾਬਾ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਫਿਰ ਮਿਲਾਂਗੇ, ਥੈਂਕ ਯੂ। ਸੀਨ ਸੁੱਤਿਆਂ ਸਸੀ ਨੂੰ ਖਾਬ ਆ ਗਈ, ਕਿਧਰੋਂ ਪਈ ਬਲੋਚਾਂ ਦੀ ਤੇੜ, ਮਨੂੰ ਮਮਦ ਬੂਟਿਆ ਅੰਬਰੂ ਭੇਜ ਪਰੀਆਂ, ਲੈ ਜਾਣ ਪੁਨੂੰ ਦੇ ਦੇਸ ਮਨੂੰ।